ਬਹੁਤ ਹੀ ਵਧੀਆ ਦਿਨ ਹੈ। ਅੱਜ ਟੀਚਰਸ ਡੇ ਵੀ ਹੈ ਔਰ ਸਾਡੇ ਵੱਲੋਂ ਸੁਸਾਇਟੀ ਵਾਸਤੇ ਟੀਚਰਸ ਡੇ ਵੱਲੋਂ ਇੱਕ ਸਾਡੇ ਵੱਲੋਂ ਸੁਸਾਇਟੀ ਲਈ ਇੱਕ ਗਿਫਟ, ਮਤਲਬ ਲਾਈਫ ਸੇਵਿੰਗ ਹੁੰਦਾ ਬਲੱਡ, ਉਹਦੇ ਲਈ ਸਾਡੇ ਵੱਲੋਂ ਸੁਸਾਇਟੀ ਵਾਸਤੇ ਇੱਕ ਇਹ ਯੋਗਦਾਨ ਰੰਧਾਵਾ ਹਸਪਤਾਲ ਵੱਲੋਂ ਔਰ ਸਾਡੇ ਸਟਾਫ ਵੱਲੋਂ ਇਹ ਪਾਇਆ ਜਾ ਰਿਹਾ ਹੈ। ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਬਲੱਡ ਡੋਨੇਸ਼ਨ ਕੈਂਪ ਦੇ ਦੌਰਾਨ? ਸਾਨੂੰ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਇਹ ਲਾਈਫ ਸੇਵਿੰਗ ਚੀਜ਼ ਹੈਗੀ ਬਲੱਡ ਡੋਨੇਸ਼ਨ, ਔਰ ਜਦੋਂ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਉਦੋਂ ਡੋਨੇਟ ਕੀਤਾ ਹੋਇਆ ਬਲੱਡ ਹੀ ਆਪਾਂ ਪੇਸ਼ੈਂਟ ਵਾਸਤੇ ਯੂਜ਼ ਕਰ ਸਕਦੇ ਹਾਂ ਔਰ ਸਾਨੂੰ ਵੱਧ ਤੋਂ ਵੱਧ ਬਲੱਡ ਡੋਨੇਟ ਕਰਨਾ ਚਾਹੀਦਾ। ਹੋਸਪਿਟਲ ਨੂੰ ਲਗਾਇਆ ਗਿਆ ਕਿ ਮੈਂ ਅੱਜ ਜੋ ਰੰਧਾਵਾ ਹਸਪਤਾਲ ਇੱਕ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਬਲੱਡ ਡੋਨੇਸ਼ਨ ਦਾ ਇੱਕ ਕੈਂਪ ਲਗਾਇਆ ਗਿਆ ਜੋ ਕਿ ਇਹ ਬਹੁਤ ਵਧੀਆ ਚੀਜ਼ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਕੁਛ ਮਰੀਜ਼ ਨੂੰ ਕਿਸੇ ਬਲੱਡ ਦੀ ਲੋੜ ਹੁੰਦੀ ਆ, ਲੋੜਵੰਦ ਹੁੰਦੇ ਆ, ਉਹਨਾਂ ਨੂੰ ਇਹਦੀ ਹੈਲਪ ਦੀ ਬਹੁਤ ਲੋੜ ਪੈਂਦੀ ਆ। ਸੋ ਇਹ ਬਹੁਤ ਵਧੀਆ ਰੰਧਾਵਾ ਹੋਸਪਿਟਲ ਨੂੰ ਇੱਕ ਜਿਹੜਾ ਕੈਂਪ ਲਗਵਾਇਆ ਗਿਆ। ਮੈਂ ਬਹੁਤ ਇਹਨਾਂ ਦਾ ਸ਼ਲਾਘਾ ਜੋ ਜਿਹੜਾ ਕਦਮ ਹੈ, ਸੋ ਜਿੰਨੇ ਵੀ ਇੱਥੇ ਆਏ ਉਹਨਾਂ ਦਾ ਵੀ ਮੈਂ ਜਿਹਨਾਂ ਨੇ ਬਲੱਡ ਡੋਨੇਟ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵੈਲਕਮ ਕਰਦਾ। ਇਹ ਵੱਧ ਚੜ੍ਹ ਹਿੱਸਾ ਦਿਓ, ਹਰ ਕਿਸੇ ਨਾਲ ਦੁੱਖ ਜਾਂ ਸੁੱਖ ਦੇ ਸਮੇਂ ਦੇ ਵਿੱਚ ਆਪਣਾ ਸਾਥ ਜਿਹੜਾ ਹੈਗਾ ਹਮੇਸ਼ਾ ਨਾ ਰੱਖੋ, ਕਿਸੇ ਨੂੰ ਕਿਸੇ ਦੁੱਖ ਤਕਲੀਫ ਹੁੰਦੀ ਆ ਤਾਂ ਉਹਦਾ ਸਾਥ ਦਿਓ, ਅਤੇ ਯੂਥ ਨੂੰ ਇਹੀ ਮੈਂ ਜਿਹੜੀ ਆ ਅਪੀਲ ਕਰਦਾ।